ਕਿਹਦਾ ਸਭ ਤੋਂ ਵੱਡਾ ਵਾਦਾ ਸੀ ਉਹ ਪੰਜਾਬ ਦੇ ਲੋਕਾਂ ਨਾਲ ਇਹ ਸੀ ਵੀ ਸਾਰਿਆਂ ਨੂੰ 600 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇ ਇਹ ਪਹਿਲੀ ਗਰੰਟੀ ਸੀ ਤੇ ਪਹਿਲੀ ਗਰੰਟੀ ਚ ਨੱਕ ਦੇ ਭਾਰ ਡਿੱਗੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਦੇਣੀ ਕਿਵੇਂ ਮੈਨੂੰ ਇੱਕ ਗੱਲ ਦੱਸੋ ਉਦੋਂ ਇਹਨਾਂ ਨੇ ਕਿਹਾ ਸੀ ਵੀ ਇਕੱਲੀ 200 ਕਿਲੋਵਾਟ ਦੇਵਾਂਗੇ ਔਰ SCBC ਔਰ ਫਰੀਡਮ ਫਾਈਟਰ ਤੋਂ ਅਸੀਂ ਵੀ ਦਿੰਦੇ ਸੀ ਇਹਨਾਂ ਵੱਧ ਦਿੰਦੇ ਸੀ ਲੋਕਾਂ ਨੇ ਇਹਨਾਂ ਨੂੰ ਇਸ ਕਰਕੇ ਵੋਟਾਂ ਪਾਈਆਂ ਵੀ ਇਹਨਾਂ ਨੇ ਰੱਜ ਕੇ ਝੂਠ ਵੇਚੇ ਗੱਲਾਂ ਦੇ ਕੜਾਹ ਨਾਲ ਪੰਜਾਬ ਉੱਤੇ ਨਹੀਂ ਆਉਣਾ ਹੁਣ ਡਿੱਗੇ ਪਏ ਨੇ ਹੁਣ ਖੜੇ ਹੋਣ ਦੀ ਥਾਂ ਨਹੀਂ ਹੁਣ ਲੋਕਾਂ ਨੂੰ ਫੇਸ ਨਹੀਂ ਕਰ ਸਕਦੇ ਨਾਲੇ ਤਾਂ 25,000 ਬੰਦਿਆਂ ਨੂੰ ਨਵੀਂ ਨੌਕਰੀ ਨਾਲੇ 36,000 ਪੱਕੇ ਜਿਹੜੇ 36,000 ਪੱਕੇ ਗਏ ਸੀ ਘਰ ਦੇ ਬਾਹਰ ਬੈਠੇ ਭਗਵੰਤ ਮਾਨ ਦੇ ਤੇ ਆਮ ਆਦਮੀ ਪਾਰਟੀ ਦੀ ਵਾਦਾ ਖਿਲਾਫੀ ਸੱਤਾ ਹਾਸਲ ਕਰਨ ਦਾ ਲਾਲਚ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਝੂਠ ਵੇਚਣ ਵਾਸਤੇ ਇਹ ਇੱਕ ਮਹੀਨੇ ਦੇ ਵਿੱਚ ਹੀ ਪੂਰੀ ਤਰ੍ਹਾਂ ਇਹਦਾ ਪਰਦਾ ਫਾਸ਼ ਹੋ ਗਿਆ ਮੈਂ ਉਦੋਂ ਵੀ ਕਹਿੰਦਾ ਸੀ ਵੀ ਭਾਈ ਪੰਜਾਬ ਨੀਤੀ ਦੇ ਨਾਲ ਉੱਤੇ ਆਉਣਾ ਉਹ ਨੀਤੀ ਜਿਹਦੀ ਬਜਟ ਦੀ ਐਲੋਕੇਸ਼ਨ ਹੋਵੇ ਕੋਈ ਰਿਸਰਚ ਹੋਵੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਵਾਦਾ ਖਿਲਾਫੀ ਸੱਤਾ ਹਾਸਲ ਕਰਨ ਦਾ ਲਾਲਚ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਝੂਠ ਵੇਚਣ ਵਾਸਤੇ ਇਹ ਇੱਕ ਮਹੀਨੇ ਦੇ ਵਿੱਚ ਹੀ ਪੂਰੀ ਤਰ੍ਹਾਂ ਇਹਦਾ ਪਰਦਾ ਫਾਸ਼ ਹੋ ਗਿਆ ਜਿਹੜਾ ਸਭ ਤੋਂ ਵੱਡਾ ਵਾਦਾ ਸੀ ਉਹ ਪੰਜਾਬ ਦੇ ਲੋਕਾਂ ਨਾਲ ਇਹ ਸੀ ਵੀ ਸਾਰਿਆਂ ਨੂੰ 600 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇ ਇਹ ਪਹਿਲੀ ਗਰੰਟੀ ਸੀ ਤੇ ਪਹਿਲੀ ਗਰੰਟੀ ਚ ਨੱਕ ਦੇ ਭਾਰ ਡਿੱਗੇ ਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਦੇਣੀ ਕਿਵੇਂ ਆ ਮੈਨੂੰ ਇੱਕ ਗੱਲ ਦੱਸੋ ਉਦੋਂ ਇਹਨਾਂ ਨੇ ਕਿਹਾ ਸੀ ਵੀ ਇਕੱਲੀ 200 ਕਿਲੋਵਾਟ ਦੇਵਾਂਗੇ ਔਰ SCBC ਔਰ ਫਰੀਡਮ ਫਾਈਟਰ ਤੋਂ ਅਸੀਂ ਵੀ ਦਿੰਦੇ ਸੀ ਇਹਨਾਂ ਵੱਧ ਦਿੰਦੇ ਸੀ ਲੋਕਾਂ ਨੇ ਇਹਨਾਂ ਨੂੰ ਇਸ ਕਰਕੇ ਵੋਟਾਂ ਪਾਈਆਂ ਵੀ ਇਹਨਾਂ ਨੇ ਰੱਜ ਕੇ ਝੂਠ ਵੇਚਿਆ ਸੁਪਨੇ ਉਹ ਦਿਖਾਏ ਜਿਹੜੇ ਸਾਕਾਰ ਹੋ ਹੀ ਨਹੀਂ ਸਕਦੇ ਮੈਂ ਉਦੋਂ ਵੀ ਕਹਿੰਦਾ ਸੀ ਭਾਈ ਪੈਸੇ ਕਿੱਥੋਂ ਲਿਆਉਂਗੇ ਮੈਂ ਉਦੋਂ ਵੀ ਕਹਿੰਦਾ ਸੀ ਵੀ ਭਾਈ ਪੰਜਾਬ ਨੀਤੀ ਦੇ ਨਾਲ ਉੱਤੇ ਆਉਣਾ ਉਹ ਨੀਤੀ ਜਿਹਦੀ ਬਜਟਰੀ ਐਲੋਕੇਸ਼ਨ ਹੋਵੇ ਕੋਈ ਰਿਸਰਚ ਹੋਵੇ ਗੱਲਾਂ ਦੇ ਕੜਾਹ ਨਾਲ ਪੰਜਾਬ ਉੱਤੇ ਨਹੀਂ ਆਉਣਾ ਹੁਣ ਡਿੱਗੇ ਪਏ ਨੇ ਹੁਣ ਖੜੇ ਹੋਣ ਦੀ ਥਾਂ ਨਹੀਂ ਹੁਣ ਲੋਕਾਂ ਨੂੰ ਫੇਸ ਨਹੀਂ ਕਰ ਸਕਦੇ ਸਮਝਦੇ ਹੋ ਭਾਈ ਕਿਹਨੇ ਕਿਹਾ ਸੀ ਵੀ ਹਰੇ ਪੈਨ ਨਾਲ ਪਹਿਲੇ ਦਿਨ ਸਾਈਨ ਹੋਊ ਨਾਲੇ ਤਾਂ 25,000 ਬੰਦਿਆਂ ਨੂੰ ਨਵੀਂ ਨੌਕਰੀ ਨਾਲੇ 36,000 ਪੱਕੇ ਜਿਹੜੇ 36,000 ਪੱਕੇ ਗਏ ਸੀ ਘਰ ਦੇ ਬਾਹਰ ਬੈਠੇ ਭਗਵੰਤ ਮਾਨ ਦੇ ਤੇ ਜਿਹੜੇ 25,000 ਗਏ ਸੀ ਇੱਕ ਮਹੀਨੇ 'ਚ ਨੋਟੀਫਿਕੇਸ਼ਨ ਅੱਜ 37 ਦਿਨ ਹੋ ਗਏ ਕਿਹੜਾ ਨੋਟੀਫਿਕੇਸ਼ਨ ਹੋਇਆ ਥਾ ਮੈਂ ਵੀ ਠਹਿਰ ਰਿਹਾ ਯਾਰ ਸਮਾਂ ਲੱਗਦਾ ਫਿਰ ਕਹਿਣ ਦੀ ਕੀ ਲੋੜ ਸੀ ਵੀ ਇੱਕ ਮਹੀਨੇ 'ਚ ਨੋਟੀਫਿਕੇਸ਼ਨ ਫਿਰ ਕਿਉਂ ਕਿਹਾ ਸੀ 24 ਘੰਟੇ 'ਚ ਬਰਗਾੜੀ ਦਾ ਇਨਸਾਫ ਫਿਰ ਕਿਉਂ ਕਿਹਾ ਸੀ ਵੀ ਪਹਿਲੇ ਦਿਨ ਹਰੀ ਸਿਆਹੀ ਦੇ ਨਾਲ 600 ਯੂਨਿਟ ਉਦੋਂ ਨਹੀਂ ਸੀ ਸੋਚਦਾ ਸਮਾਂ ਉਦੋਂ ਨਹੀਂ ਸੀ ਦੇਖਣਾ ਮੈਂ ਕਿਹਾ ਕੁੰਵਰ ਵਿਜੇ ਪ੍ਰਤਾਪ ਤਾਂ ਇਹਨਾਂ ਦੀ ਪਾਰਟੀ ਦਾ ਬੰਦਾ ਇੱਕ ਮਿੰਟ ਇੱਕ ਮਿੰਟ ਹੁਣ ਟ੍ਰੇਨਿੰਗ ਕਰਨੀ ਹੈ MOU ਵੀ ਸਾਈਨ ਹੋ ਰਿਹਾ ਦਿੱਲੀ ਸਰਕਾਰ ਅਨਾੜੀਆਂ ਨੂੰ ਇਹਦਾ ਮਤਲਬ ਆ ਮੈਂ ਅਸੀਂ ਅਨਾੜੀਆਂ ਟ੍ਰੇਨਿੰਗ ਅਪ੍ਰੈਂਟਿਸ ਵੀ ਸਾਡੇ ਵਾਸਤਾ ਨਹੀਂ MOU ਸਾਈਨ ਕਰਨੇ ਆ ਦਿੱਲੀ ਨਾਲ ਦੱਸੋ ਕਿ ਪੰਜਾਬ ਖੁਦ ਮੁਖਤਿਆਰ ਨਹੀਂ ਹੋ ਸਕਦਾ ਸਾਡੇ ਵਕਾਰ ਦੀ ਲੜਾਈ ਹੈ ਭਾਈ ਸਾਡੀ ਹੋਣ ਦੀ ਲੜਾਈ ਹੈ ਇਹ ਤਾਂ ਸਾਡੀ ਪੱਗ ਦੀ ਲੜਾਈ ਬਣਾਤੀ ਇਹਨਾਂ ਨੇ ਸਿੱਧੂ ਸਾਹਿਬ ਇੱਕ ਸਵਾਲ ਹੈ ਜੀ ਮੈਂ ਔਰ ਦੂਜੀ ਗੱਲ ਮੈਂ ਦੇਖੋ ਮੈਨੂੰ ਗੱਲ ਕਰ ਲੈਣ ਦਿਓ ਪਹਿਲਾਂ ਭਾਜੀ ਇੱਕ ਮਿੰਟ ਗੱਲ ਕਰ ਲੈ ਸਭ ਤੋਂ ਵੱਡਾ ਮੁੱਦਾ ਇਹ ਹੈ ਵੀ ਤੁਸੀਂ 7,100 ਅੱਜ ਮੈਗਾਵਾਟ ਡਿਮਾਂਡ ਹੈ ਤੇ ਪਾਵਰ ਪਲਾਂਟ ਸਾਰੇ ਬੰਦ ਹੋਣ ਦੀ ਕਗਾਰ ਦੇ ਉੱਤੇ ਆਇਆ ਗੋਬਿੰਦਵਾਲ ਵਾਲੇ ਕੋਲ 2 ਦਿਨ ਦਾ ਕੋਲਾ ਰਹਿ ਗਿਆ ਤਲਵੰਡੀ ਸਾਹਿਬ ਉਹ 5 ਦਿਨ ਦਾ ਕੋਲਾ ਰਹਿ ਗਿਆ ਇਹਨਾਂ ਕੋਲ 18 ਦਿਨ ਦਾ ਕੋਲਾ ਹੈ ਤੁਸੀਂ ਕਿਹੜੇ ਸਮਾਰਟ PPA ਸਾਈਨ ਕੀਤੇ ਜਿਹੜੇ ਸ਼ਾਰਟ ਟਰਮ PPA ਹੋਣ ਔਰ ਜਦੋਂ ਪੀਕ ਲੋਡ ਹੋਵੇ ਝੋਨਾ ਲੱਗਣ ਵੇਲੇ ਉਹਦੀ ਗਰੰਟੀ ਦੇਵੇ ਤੁਸੀਂ ਦਮਗਜੇ ਮਾਰਦੇ ਸੀ 2021 ਦੇ ਵਿੱਚ ਭਗਵੰਤ ਦੀ ਸਟੇਟਮੈਂਟ ਹੈ ਵੀ ਆਉਂਦੇ ਸਾਰ PPA ਕੈਂਸਲ ਕਰਦੇ ਆ ਕਰ ਲਓ ਕੀ ਰੀਨੈਗੋਸੀਏਸ਼ਨ ਕੀਤੀ ਹੈ ਲੋਕਾਂ ਨੂੰ ਦੱਸੋ ਵੀ ਜਿਹੜੇ 600 ਯੂਨਿਟ ਵੀ ਦੇਣੇ ਸੀ ਪੈਸੇ ਕਿੱਥੋਂ ਆਉਣੇ ਆ
ते किथे गया तेरा 20,000 करोड़ रुपया जिहड़ा रेते चो कढ़ना सी रेते दी ट्राली 16,000 दी अज भाई माइनिंग बंद करके तुसीं लोकां तक रेता तां नहीं पहुँचाता 16,000 दा अज रेता जिहड़ा 3700 दा मिलता हुंदा कांग्रेस की सरकार च किहड़े रेट फिक्स कीते आ तुसीं हैं किहड़ी पॉलिसी बनाती तुसीं समा चाहिए जे समा चाहिए चादर देख के पैर पसारने से ना जवान का मुल हों फिर भाई हूँ ये बारे दस छोटे भाई मैं तेन पूछता सवाल कद यार कदे साढ़े भी सवाल सुन लिया करो कदे साढ़े सुन लिया ना यार साढ़े भी सवाल सुन लिया कर आप सुप्रीमो कहना मार्च के चुनाव होना फरवरी के कहना कंपेन चली है ते 1 अप्रैल तो किसे किसान नू खुदकुशी नहीं करन देंगे साड़ी जुम्मेवारी है कहना भाई तेरे 4 खेत ने उत्थे तेनू की पता खेती दा समझ नहीं तुसी 2,000 करोड़ की सबसिडी दिंदे सी 17,000 करोड़ की दिंदे आ समझदा ते केड़ी तू कॉम्पनसेशन देती उत्थे कहना 1 करोड़ देंगे फार्मर नू उदों कहा 6 साल बाद जदों पंजाब दा इलैक्शन सी हुण जदों पंजाब च इलैक्शन हो गया उधर नूं तमिलनाडु उधर नूं उधर चला गया हिमाचल प्रदेश नूं उत्थे कहिंदा सी बिजली फ्री करती करप्शन दूर करती कड़ी करती ओ मतलब सवेर तों लैके शाम तक झूठ बेचदा बंदा ते अज हजे भी डुल्ले फेरां दा कुछ नहीं बिगड़िया तुसीं 8 घंटे बिजली दिओ झोना लगन वेले कंपनियां नूं जवाबदेही बनाओ असीं बनाया सी जिवें जदों कैप्टन अमरिंदर सिंह कपड़े पाउंदा हुंदा बादलां दे उत्ते ते ला के असीं वाइट पेपर इशू कीता सी और वाइट पेपर मैं आप अनाउंस कीता सारे सामने भी भाई इन्हां ने 4,000 एकड़ जमीन ट्रांसफर करती BOT कह के टी उड़ाता भू करके वो सारी जमीन उन्होंने देती नहीं तो ट्रांसफर होंदी है सरकार नूं वापस आंदी मशीनरी डेप्रीशिएट करती है और प्रॉपर्टी एप्रीशिएट करती है इन्हां भाई नेगोशिएट करो स्मार्ट PPA लेके आओ मेरे तो सुन लो नेगोशिएट करोगे स्मार्ट PPAs लेके आओगे पेनल्टी क्लोज लाओ एक तरफा क्लोज ने भी जे कोला सप्लाई नहीं होगा इन्होंने कंट्रैक्टा की लिखा हुआ कि 2 रुपए की बिजली 17 च खरीदा 6 तो लैके 17 रुपये च और कोई डेप्रीशिएटिंग नहीं है क्लोज ये मतलब यह है भी नॉर्मली लोग 5 साल का कॉन्ट्रैक्ट साइन करते हैं क्योंकि जड़ी सूरज की ऊर्जा वाली बिजली है वो रेट हर साल सस्ते होंगे है कोई डेप्रीशिएटिंग का क्लॉज नहीं 25 साल की कॉन्ट्रैक्ट साइन कर भी तुम 5 साल के करने सी हर साल बिजली का रेट 20% घटता है फिर उदों बैंक के इंट्रस्ट 20% से अज 6% ने क्यों नहीं किया फिर कोले का तुम क्यों नहीं किया चंगा कोला लियाओ कोई एप्रीशिएशन नहीं माड़ा कोला लियाओ कोई पेनल्टी नहीं इन्हू कहते पासवर्ड पॉलिसी जो मर्जी करो यार सानू तो है ही नहीं कुछ वो कहते सर 1 महीने के जिन्ने काम किए ने इन्हें पिछले 10 साल की सरकार हाय 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 फिर दसन प्रूफ देने की लोड़ पई है प्रूफ देने की लोड़ पई है अखबारों ही विकास कराया मित्रा लोगों का मूर्ख बनाया थोनू हिमाचल दी ठंडिया हवावां तो वेल नहीं मिलया धूड़ च टट्टू उड़ाया मैं कहना सुन मैं कहना असी एक रद्द करता सी जदों ही कैप्टन अमरिंदर सिंह लाया एक PPA रद्द होया दूजे नूं नोटिस गए उहदा वेरवा दे आप सरकार ठोक के कहे कि जे भाई जे ये कोला ना होया तो पावर प्लांटा नूं जिम्मेवार बनाओगे अज 3 घंटे बिजली आउंदी है यह कहना सी मैं बिजली फ्री देण जाण दा फ्री तो आपे होगी जो 24 घंटे जो 2 घंटे आ फ्री तो आपे होगी केजरीवाल साहब कनैक्शन कट्टी तुरी जाते हैं फ्रंट कट्टी तुरी जाते हैं इंडस्ट्री खत्म हुई पई है वे आउट बड़ा सिंपल वे आउट है पॉलिसी लियाओ बजट की ड्रिवन पॉलिसी लियाओ और पंजाब का माफिया खत्म करो क्यों नहीं दिते गए पैसे
क्योंकि पिछले 25-30 सालों तो माफिया की सरकार चलती है, पंजाब के पैसे निजी जेबां जाते हैं, कटो लगता सरकार करेगी। मैं क्या यार देखो, मैं तो जब तक श्वास है तब तक आस है, जे करनगे जय जयकार करूँ, नहीं करनगे पोतड़े खोल दूं।